ਐਵੇਂ ਬਾਜ਼ਾਰਾਂ 'ਚ ਵੇਚਿਆ ਜਾ ਰਿਹਾ ਨਕਲੀ ਦੇਸੀ ਘਿਓ। ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ। ਦੋ ਨੌਜਵਾਨਾਂ ਨੂੰ ਨਕਲੀ ਦੇਸੀ ਘਿਓ ਨਾਲ ਕੀਤਾ ਕਾਬੂ। ਤਾਂ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰ ਦੇ ਵਿੱਚ ਲੋਕ ਸਮਾਨ ਦੀ ਖਰੀਦ ਕਾਫੀ ਕਰਦੇ ਨੇ, ਤਾਂ ਇਸਦੇ ਨਾਲ ਹੀ ਦੇਸੀ ਘਿਓ ਵੀ ਵੱਡੀ ਮਾਤਰਾ ਦੇ ਵਿੱਚ ਵੇਚਿਆ ਜਾਂਦਾ ਹੈ। ਪਰ ਹੁਣ ਇਸ ਦੇਸੀ ਘਿਓ 'ਚ ਇਸ ਤਰੀਕੇ ਦੇ ਨਾਲ ਮਿਲਾਵਟ ਕੀਤੀ ਜਾਂਦੀ ਹੈ ਜਿਸਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਤਾਂ ਪੁਲਿਸ ਦੇ ਵੱਲੋਂ ਇਸ ਸੰਬੰਧੀ ਹੁਣ ਦੋ ਨੌਜਵਾਨਾਂ ਨੂੰ ਨਕਲੀ ਦੇਸੀ ਘਿਓ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਤਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿੱਥੇ ਧੜੱਲੇ ਦੇ ਨਾਲ ਦੇਸੀ ਘਿਓ ਵੇਚਿਆ ਜਾ ਰਿਹਾ ਸੀ। ਤਾਂ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਦੇ ਕੋਲੋਂ 96 ਨਕਲੀ ਦੇਸੀ ਘਿਓ ਦੇ ਡੱਬੇ ਬਰਾਮਦ ਕੀਤੇ ਗਏ ਨੇ। ਤਾਂ ਬਾਜ਼ਾਰ ਦੇ ਵਿੱਚ ਘਿਓ ਖਰੀਦਣ ਤੋਂ ਪਹਿਲਾਂ ਹੁਣ ਤੁਸੀਂ ਵੀ ਸਾਵਧਾਨ ਹੋ ਜਾਓ। ਤਾਂ ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਦੇਸੀ ਘਿਓ ਦਾ ਮੁੱਲ 600 ਰੁਪਏ ਦੇ ਕਰੀਬ ਹੈ, ਪਰ ਇਹ ਦੇਸੀ ਘਿਓ ਘੱਟ ਮੁੱਲ ਦੇ ਵਿੱਚ ਵੇਚਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਇੱਕ ਫੈਕਟਰੀ ਦੇ ਵਿੱਚ ਨੈਸਲੇ ਦੇ ਨਕਲੀ ਦੇਸੀ ਘਿਓ ਨੂੰ ਤਿਆਰ ਕੀਤਾ ਜਾਂਦਾ ਹੈ, ਫਿਰ ਕੈਂਟਰ ਦੇ ਵਿੱਚ ਭਰ ਕੇ ਇਸਨੂੰ ਬਾਜ਼ਾਰ ਦੇ ਵਿੱਚ ਲਿਆਇਆ ਜਾਂਦਾ ਹੈ। ਤਾਂ ਦੁਕਾਨਦਾਰ ਦੇ ਵੱਲੋਂ ਜਦੋਂ ਇਹਨਾਂ ਤੋਂ ਰੇਟ ਪੁੱਛਿਆ ਗਿਆ ਤਾਂ ਪਹਿਲਾਂ ਇਹਨਾਂ ਨੇ 400 ਰੁਪਏ ਦੱਸਿਆ ਤੇ ਫਿਰ ਇਹ 300 ਰੁਪਏ ਤੇ ਆ ਜਾਂਦੇ ਨੇ। ਤਾਂ ਮੌਕੇ ਤੇ ਦੁਕਾਨਦਾਰਾਂ ਦੇ ਵੱਲੋਂ ਨੈਸਲੇ ਕੰਪਨੀ ਦੇ ਡੀਲਰ ਨੂੰ ਵੀ ਬੁਲਾਇਆ ਗਿਆ। ਉਸਨੇ ਸਪਸ਼ਟ ਕੀਤਾ ਕਿ ਦੇਸੀ ਘਿਓ ਨਕਲੀ ਹੈ। ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਪੁਲਿਸ ਬੁਲਾ ਲਈ ਗਈ ਤੇ ਦੋਨਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਬਠਿੰਡੇ ਤੋਂ ਜੀ, ਫੈਕਟਰੀ 'ਚੋਂ ਫੈਕਟਰੀ ਬਠਿੰਡੇ 400 ਕਿੱਲੇ ਜੀ ਫੈਕਟਰੀ, ਉੱਥੋਂ ਜੀ ਇੱਕ ਬੰਦਾ ਦੇ ਗਿਆ ਜੀ ਆਪਾਂ ਨੂੰ ਤੇ ਆਪਾਂ ਅੱਗੇ ਕਿੰਨੇ ਟਾਈਮ ਤੋਂ ਕਰ ਰਹੇ ਕੰਮ? ਇਹ ਤਾਂ ਜੀ ਇੱਕ ਤੋਂ ਗੇੜੇ ਕੀਤਾ ਜੀ, ਪਹਿਲਾਂ ਕੀਤਾ ਹੀ ਨਹੀਂ ਜੀ। ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਨਕਲੀ ਆ? ਤੁਹਾਨੂੰ ਤਾਂ ਪਤਾ ਹੀ ਸੀ ਨਹੀਂ, ਨਕਲੀ ਦਾ ਪਤਾ ਨਹੀਂ ਵੀ ਨਕਲੀ ਆ ਇਹ ਕਿਉਂ? ਇਹ 'ਚ ਗਲਤੀ ਹੋ ਗਈ ਸਰ। ਕਿੰਨੇ ਦਾ ਵੇਚਦੇ ਨੇ ਇੱਕ ਡੱਬਾ? 320 ਦਾ, 330 ਦਾ। ਇਹ ਕਿੰਨੇ ਡੱਬੇ ਵੇਚ ਚੁੱਕੇ ਹੁਣ ਤੱਕ? ਹੁਣ ਤਾਂ ਜੀ ਪਹਿਲੇ ਕਿਹੜੇ 5 ਵੇਚੇ ਆ, ਪੰਜ ਵੇਚੇ, 7 ਤੇ ਪਹਿਲਾਂ 5 ਪੇਟੀਆਂ ਲਿਆਂਦੀਆਂ ਸੀਗੀ, ਉਸ ਤੋਂ ਬਾਅਦ 7 ਲਿਆ ਸੀਗੀ ਜਿਵੇਂ ਨਫਾ ਜੁੜਿਆ, ਤੇ ਉਸ ਤੋਂ ਬਾਅਦ ਇਹ 10 ਲਿਆਇਆ ਜੀ, 10 ਚੋਂ ਮੰਨ ਲਾ 3 ਵੇਚੀਆਂ ਜੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ, ਕੀ ਕਹਿਣਾ? ਗਲਤੀ ਹੋ ਗਈ ਸਰ। ਤੇ ਪਛਤਾਵਾ ਮੰਨਦੇ ਹੋ ਵੀ ਹੁਣ ਪੂਰਾ ਜੀ ਨੈਸਲੇ ਦਾ ਘਿਓ ਵੀ ਨਹੀਂ ਖਾਂਦੇ ਅੱਜ ਤੋਂ ਬਾਅਦ? ਨਹੀਂ ਤਾਂ ਤੁਸੀਂ ਤਾਂ ਆਪ ਵੇਚ ਰਹੇ ਹੋ ਨੈਸਲੇ ਦਾ ਓਰੀਜਨਲ ਘਿਓ, ਕਿੰਨੇ ਦਾ ਪਤਾ ਤੁਹਾਨੂੰ? ਮਤਲਬ 600-17-18 ਰੁਪਏ, 600 ਦਾ ਤੁਸੀਂ 320 ਦਾ ਵੇਚ ਰਹੇ ਹੋ, ਕਿੰਨੇ ਦਾ ਵੇਚ ਰਹੇ ਹੋ ਭਾਈ? ਮਤਲਬ 40-50 ਰੁਪਏ ਮਾਰਜਨ, 70 ਰੁਪਏ 80 ਰੁਪਏ ਤੱਕ ਮਾਰਜਨ। ਕਿੰਨੇ ਦਾ ਵੇਚ ਰਹੇ? 300? ਮਤਲਬ 300 ਦੇ ਵਿੱਚ ਵਿੱਚ ਘਰਾਂ ਦੇ। ਤੇ ਗੱਡੀ ਕਿਹਦੀ ਹੈ ਜਿਹੜੀ ਲੈ ਕੇ? ਮੇਰੀ ਆਪਦੀ। ਕਿੰਨੇ ਗੇੜੇ ਲਾਏ ਹੁਣ ਤੱਕ ਆਪ? ਇਹ ਤੀਜਾ ਗੇੜਾ ਸੀਗਾ ਜੀ। 50-50 ਚ ਕਰ? ਨਹੀਂ ਨਹੀਂ ਜੀ, ਇੰਨਾ ਕਿੱਥੇ। ਮਤਲਬ 5 ਪੇਟੀਆਂ ਤਾਂ ਸ਼ਾਮ ਨੂੰ ਉਤਾਰ ਕੇ ਲਾ ਮੁੜ ਗਏ ਸੀਗੇ ਜੀ, ਦੂਜੀਆਂ ਵੀ ਮਤਲਬ ਅਸੀਂ ਲਾ ਕੇ ਮੁੜ ਗਏ ਜੀ, ਆਹ ਤੀਜੀ ਉਰੇ ਇੰਨੀ ਦੂਰ ਆਏ, ਅਸੀਂ ਨਾ ਕੁੱਲੂ ਜਾਣਾ ਸੀਗਾ ਜੀ, ਵੀ ਇੱਧਰ ਲਾਉਂਦੇ ਜਾਵਾਂਗੇ। ਤਾਂ ਸਾਡੀ ਗੱਡੀ ਸੇਫਾਂ ਅਤੇ ਅਸੀਂ ਹੁਣ ਸੀਜ਼ਨ ਚੱਲ ਪਿਆ ਜੀ ਸਾਡਾ ਜੀ, ਤਾਂ ਕਰਕੇ ਅਸੀਂ ਲੰਘਦੇ ਰਹਿੰਦੇ ਜੀ। ਇਹ ਤਾਂ ਦੁਕਾਨਦਾਰ ਕੋਲੋਂ ਵੇਚਣ ਵਾਸਤੇ ਆਏ ਤੇ, ਇਹ ਕਹਿੰਦੇ ਅਸੀਂ ਬਠਿੰਡੇ ਤੋਂ ਆਏ ਹਾਂ ਵੇਚਣ ਵਾਸਤੇ, ਅਤੇ ਇਹਦਾ ਨੈਸਲੇ ਦਾ ਰੇਟ ਹੈਗਾ 530 ਰੁਪਏ, ਜਿਹੜਾ ਇਹ ਉਹਨੂੰ ਗੱਲਾਂ 'ਚ ਲਲਚਾ ਕੇ 400 ਦੇ ਆਏ, 400 ਤੋਂ ਬਾਅਦ 300 ਤੇ ਆਏ। ਉਸਨੇ ਕਿਹਾ ਕੋਈ ਨਹੀਂ ਜੀ ਬੈਠੋ ਤੁਸੀਂ, ਕਿੰਨਾ ਕੁ ਮਾਲ ਹੈ? ਉਹਨੇ ਫਿਰ ਵਪਾਰ ਮੰਡਲ ਨੂੰ ਫੋਨ ਕੀਤਾ ਵੀ ਆ ਜਾਓ ਭਾਈ ਤੁਸੀਂ, ਵੀ ਬੰਦਾ ਇੱਕ ਗਲਤ ਘੀ ਵੇਚਣ ਆਇਆ ਉਹਨੇ ਸਾਡੇ ਲਵੇ, ਅਤੇ ਉਸ ਤੋਂ ਇਲਾਵਾ
ਜਿਹਦੇ ਕੋਲ ਏਜੰਸੀ ਹੈ ਮੁੰਡੇ ਕੋਲੇ, ਉਹਨੂੰ ਵੀ ਬੁਲਾ ਲਿਆ ਜਦੇ ਨੈਸਲੇ ਦੀ, ਉਹ ਕਹਿੰਦਾ ਵੀ ਇਹ ਡੁਪਲੀਕੇਟ ਹੈ ਮਾਲ, ਇਹ ਮਾਲ ਡੁਪਲੀਕੇਟ ਹੈ। ਨਾਲ ਦੀ ਨਾਲ ਅਸੀਂ ਉਹਨੂੰ ਸਾਂਭਲਿਆ ਦੋ ਬੰਦਿਆਂ ਨੂੰ, ਟੈਂਪੂ ਦੇ ਵਿੱਚ ਸੱਤ ਡੱਬੇ ਦੇ ਘੀ ਦੇ। ਅਸੀਂ ਇਹੀ ਕਹਿੰਦੇ ਵੀ ਇਹ ਜਿਹੜਾ ਗੰਦ ਲੋਕਾਂ ਨੂੰ, ਮਾਂ ਬਾਪ ਨੂੰ ਜਿਹਨੂੰ ਵੀ ਖਿਲਾਇਆ ਜਾਂਦਾ ਹੈ, ਬਹੁਤ ਮਾੜਾ ਹੈ, ਬੱਚਿਆਂ ਤੇ ਅਸਰ ਪੈਂਦਾ ਹੈ, ਬਿਮਾਰੀਆਂ ਵੱਧਦੀਆਂ ਨੇ, ਤੇ ਅਸੀਂ ਇਹਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ, ਨਹੀਂ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਹੈ। ਹੋਰ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦੇਤਾ ਡੱਬਾ ਵਪਾਰ ਮੰਡਲ ਕੰਨਿਓਂ ਵੀ ਇਹ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ, ਸਾਨੂੰ ਤੁਸੀਂ ਜਦੇ ਕਨਫਰਮ ਕਰੋ, ਅਸੀਂ ਨਾਲ ਦੀ ਨਾਲ ਉਹਦੇ ਕਾਰਵਾਈ ਕਰਵਾਵਾਂਗੇ। ਜੇ ਗਲਤ ਜਿਵੇਂ ਨਕਲੀ ਵੇਚਣ ਆਏ ਨੇ, ਅਸਲ ਵਿਅਕਤੀਆਂ ਤੇ ਵੀ ਇਹਦਾ ਗਲਤ ਪ੍ਰਭਾਵ ਪੈਂਦਾ ਜੀ, ਹਨਾ? ਪਤਾ ਨਹੀਂ, ਹਾਂ ਬਿਲਕੁਲ ਪੈਂਦਾ ਜੀ, ਗਲਤ ਜਿਹੜਾ ਗਲਤ ਕੰਮ ਕਰੂਗਾ ਭੁਗਤੂਗਾ। ਬਾਜ਼ਾਰ ਤੋਂ ਫੋਨ ਆਇਆ ਸੋਮਨਾਥ ਢੱਲ ਜੀ ਦਾ, ਜਿਹਨੇ ਕਿਹਾ ਕਿ ਇੱਥੇ ਨਕਲੀ ਕੀ ਵੇਚਦੇ ਫਿਰਦੇ ਨੇ, ਗੱਡੀ ਹੈ ਇਹਨਾਂ ਕੋਲ, ਦੋ ਬੰਦੇ ਨੇ। ਅਸੀਂ ਮੌਕਾ ਤੇ ਗਏ, ਮੌਕਾ ਤੇ ਜਾ ਕੇ ਦੇਖਿਆ ਤਾਂ ਇਹ ਦੋਵੇਂ ਬੰਦੇ ਸਾਨੂੰ ਉੱਥੇ ਮੌਕੇ ਤੇ ਮਿਲੇ, ਤੇ ਇਹਨਾਂ ਦੇ ਕੋਲੋਂ 6 ਡੱਬੇ ਬਰਾਮਦ ਹੋਏ। ਕਿਸ ਵਹੀਕਲ ਤੇ ਵੇਚਦੇ ਤੁਸੀਂ? ਇਹ ਗੱਡੀ ਨੰਬਰ ਹੈ ਜੀ ਇਹਦਾ HR 6691 31, ਪਿਕਅਪ ਗੱਡੀ ਤੇ ਵੇਚਦੇ ਫਿਰ ਰਹੇ ਸੀ, ਤੇ ਇਹਨਾਂ ਦੀ ਮਦਦ ਨਾਲ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਅਸੀਂ ਮੌਕੇ ਤੇ DHO ਸਾਹਿਬ ਨੂੰ ਬੁਲਾਇਆ, DHO ਸਾਹਿਬ ਨੇ ਸੈਂਪਲ ਭਰੇ, ਤੇ ਉਸ ਤੋਂ ਬਾਅਦ ਇਹਦੇ ਤੇ ਅਸੀਂ ਇਹਨਾਂ ਨੂੰ ਥਾਣਾ ਬੰਦ ਕਰਾ। ਕਿੰਨੇ ਟੋਟਲ ਕਿੰਨੇ ਬਾਕਸ ਜਿਹੜੇ ਇਹਨਾਂ ਤੋਂ ਬਰਾਮਦ? ਇਹਨਾਂ ਤੋਂ 7 ਪੇਟੀਆਂ ਬਰਾਮਦ ਹੋਈਆਂ ਜੀ, ਜਿਹਨਾਂ ਦੇ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀ ਡੇ ਸਾਈ ਕੀ, ਟੋਟਲ 96 ਡੱਬੇ। ਕਿੱਥੋਂ ਦੇ ਰਹਿਣ ਵਾਲੇ ਨੇ ਤੁਸੀਂ? ਇਹ ਬੰਦੇ ਹੈਗੇ ਜੀ, ਇੱਕ ਤਾਂ ਲਾਲਿਆਂਲੀ ਦਾ, ਇਹਦਾ ਨਾਮ ਹੈਗਾ ਜੀ ਜਗਸੀਰ ਰਾਮ ਪੁੱਤਰ ਸਨ ਆਫ ਫੌਜੀ ਰਾਮ, ਵਾਸੀ ਪਿੰਡ ਲਾਲਿਆਂਲੀ ਥਾਣਾ ਝਨੀਰ ਜ਼ਿਲ੍ਹਾ ਮਾਨਸਾ। ਇੱਕ ਸੋਮਾ ਰਾਮ ਸਨ ਆਫ ਰਾਂਝਾ ਰਾਮ, ਵਾਸੀ ਭੰਮੇ ਖੁਰਦ ਥਾਣਾ ਝਨੀਰ ਜ਼ਿਲ੍ਹਾ ਮਾਨਸਾ। ਕਿੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ? ਇਹਦੇ ਬਾਰੇ ਹਜੇ ਤਫਤੀਸ਼ ਜਾਰੀ ਹੈ ਜੀ, ਅੱਗੇ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਊਗਾ। ਕਿਹੜੀ ਧਾਰਾ ਦੇ ਤਹਿਤ ਰੱਖੋਗੇ ਜੀ? ਇਹ ਧਾਰਾ ਜੀ 274 318 DNS ਦੇ ਤਹਿਤ ਪਾਤਰ ਵਾਲੀ ਚੱਲ।